ਇਹ ਸਾਰੀਆਂ ਚੀਜ਼ਾਂ ਜਿਹੜੇ ਆਪਾਂ ਬੈਨੀਫਿਟ ਡਿਸਕਸ ਕੀਤੇ ਸੀ ਇਹ ਸੀਗਾ ਰਿਲੇਟਡ ਟੂ ਆਪਣੀ ਪੀਆਰ। ਹੁਣ ਆਪਾਂ ਗੱਲ ਕਰਾਂਗੇ ਕਿ ਜਿਹੜਾ ਆਪਣਾ ਸੈਕਿੰਡ ਮੇਨ ਮੋਟਿਵ ਇਹ ਸੀਗਾ ਆਪਣਾ ਫਸਟ ਮੇਨ ਮੋਟਿਵ ਜਦੋਂ ਆਪਾਂ ਇੰਡੀਆ ਤੋਂ ਆਉਂਦੇ ਹਾਂ ਕਿ ਪੀਆਰ ਹੋਣਾ ਸੀ, ਪੀਆਰ ਹੋਣਾ ਸਾਡੇ ਸੈਕਿੰਡ ਆਪਾਂ ਨੂੰ ਚੀਜ਼ ਲਈ ਆਪਾਂ ਇੰਡੀਆ ਤੋਂ ਆਉਂਦੇ ਹਾਂ ਕਿ ਆਪਾਂ ਪੈਸਾ ਕਮਾਉਣਾ। ਠੀਕ ਆ, ਤਾਂ ਜੇ ਤੁਸੀਂ ਇੰਡੀਆ ਦੇ ਵਿੱਚੋਂ ਪਲੱਸ ਟੂ ਕਰਕੇ ਆਏ ਹੋ, ਬੀ ਏ ਤੋਂ ਬਾਅਦ ਤੁਸੀਂ ਇਹ ਕੋਰਸ ਕੀਤਾ ਜਾਂ ਤੁਸੀਂ ਨਰਸਿੰਗ ਤੋਂ ਬਾਅਦ ਕੀਤਾ, ਹੈ ਨਾ, ਚਲੋ ਜੇ ਆਪਾਂ ਤੁਸੀਂ ਪਲੱਸ ਟੂ ਤੋਂ ਬਾਅਦ ਕੀਤਾ ਤਾਂ ਬੀ ਏ ਤੋਂ ਬਾਅਦ ਕੀਤਾ ਤਾਂ ਤੁਹਾਡੇ ਕੋਲ ਹੋਰ ਕੋਈ ਕੈਨੇਡਾ ਦੇ ਵਿੱਚ ਆਪਸ਼ਨ ਨਹੀਂ ਹੈਗੀ ਗੀ, ਹੈ ਨਾ, ਇੱਕ ਵਧੀਆ ਜੋਬ ਕਰ ਲਈ ਜਿਹਦੇ 'ਤੇ ਤੁਸੀਂ ਚੰਗੀ ਮਨੀ ਅਰਨ ਕਰ ਸਕਦੇ ਹੋਵੋਗੇ, ਤੁਹਾਡੇ ਕੋਲ ਉਹ ਚੀਜ਼ ਦੀ ਆਪਸ਼ਨ ਨਹੀਂ। ਚਲੋ ਜੇ ਤੁਸੀਂ ਇੰਡੀਆ ਤੋਂ ਨਰਸਿੰਗ ਕਰਕੇ ਆਏ ਹੋ ਤਾਂ ਤੁਹਾਡੇ ਕੋਲ ਚਾਂਸ ਹੁੰਦੇ ਆ ਕਿ ਹਾਂ ਕਿ ਮੈਂ ਐਜ਼ ਆ ਨਰਸ ਇੱਥੇ ਕੰਮ ਕਰ ਲੂੰਗੀ, ਮੇਰੀ ਤਾਂ ਸੈਲਰੀ ਇਹਦੇ ਤੋਂ ਵੀ ਵੱਧ ਆ, ਹੈ ਨਾ, ਜਾਂ ਜੋ ਵੀ ਹੈਗਾ, ਤਾਂ ਤੁਹਾਡੇ ਕੋਲ ਇੱਕ ਸੈਕਿੰਡ ਆਪਸ਼ਨ ਇਨ ਕੈਨੇਡਾ ਹੁੰਦੀ ਹੈਗੀ ਵਧੀਆ ਮਨੀ ਅਰਨ ਕਰਨ ਲਈ ਜੇ ਤੁਸੀਂ ਨਰਸਿੰਗ ਕੀਤੀ ਹੋਈ ਆ। ਪਰ ਜੇ ਤੁਹਾਡੇ ਕੋਲ ਜਿਹੜਾ ਫੀਲਡ ਹੈਗਾ ਉਹ ਬੀ ਏ ਬੀ ਐਡ ਇਹ ਚੀਜ਼ ਆ, ਤਾਂ ਤੁਹਾਡੇ ਕੋਲ ਸੈਕਿੰਡ ਆਪਸ਼ਨ ਨਹੀਂ ਹੁੰਦੀ, ਸਿਰਫ ਜਿਹੜੀ ਤੁਸੀਂ ਇੱਥੇ ਆ ਕੇ ਇੱਕ ਫੀਲਡ ਚੂਜ਼ ਕੀਤੀ ਹੁੰਦੀ ਆ ਉਹੀ ਤੁਹਾਡੇ ਕੋਲ ਆਪਸ਼ਨ ਹੁੰਦੀ ਹੈ ਮਨੀ ਅਰਨ ਕਰਨ ਲਈ। ਜੇ ਤੁਸੀਂ ਐਜ਼ ਐਨ ਅਰਲੀ ਚਾਈਲਡਹੁੱਡ ਐਜੂਕੇਟਰ, ਪਹਿਲੀ ਗੱਲ ਇਹ ਡਿਫਰੈਂਸ ਹੁੰਦੀ ਹੈਗੀ ਪ੍ਰੋਵੈਂਸ ਵਾਈਜ਼, ਹੈ ਨਾ। ਕਿਊਬਿਕ ਦੇ ਵਿੱਚ ਕੀ ਹੁੰਦਾ ਗਾ, ਕਿਊਬਿਕ ਦੇ ਵਿੱਚ ਜਿਹੜੀ ਆ ਆਪਾਂ ਨੂੰ ਸੈਲਰੀ ਮਿਲਦੀ ਹੈ ਉਹ ਸਿਰਫ ਜਿਹੜਾ ਡੇ ਕੇਅਰ ਆ ਤੁਹਾਡਾ ਉਹ ਸੈਲਰੀ ਦਿੰਦਾ ਗਾ, ਤਾਂ ਤੁਹਾਡੀ ਜਿਹੜੇ ਹੈਗੇ ਕੁਛ ਮਿਨੀਮਮ ਤੇ ਵੀ ਹੈਗੇ ਜਿਹੜੇ ਛੋਟੇ ਡੇ ਕੇਅਰ ਆ। ਪਰ ਜਿਵੇਂ ਮੇਰਾ ਸੀਗਾ ਡੇ ਕੇਅਰ ਉਹ ਉੱਥੇ ਵਧੀਆ ਡੇ ਕੇਅਰ ਸੀਗਾ, ਉਹ ਸੀਗੀ ਨੋਨ ਪ੍ਰੋਫਿਟੇਬਲ ਔਰਗਨਾਈਜੇਸ਼ਨ ਸੀਗੀ, ਤਾਂ ਉਹ ਜਿਹੜਾ ਡੇ ਕੇਅਰ ਸੀ ਇੱਕ ਚੈਰਿਟੀ ਦੇ ਅੰਡਰ ਆਉਂਦਾ ਸੀ, ਤਾਂ ਉੱਥੇ ਮੇਰੀ ਜਿਹੜੀ ਪੇ ਰੇਟ ਸੀ ਉਹ ਐਵਰੀ ਮਤਲਬ ਉਹਨਾਂ ਦਾ ਹੁੰਦਾ ਸੀ ਕਿ ਐਵਰੀ ਅਪ੍ਰੈਲ ਦੇ ਮੰਥ ਦੇ ਵਿੱਚ ਤੁਹਾਡੀ ਪੇ ਇਨਕਰੀਜ਼ ਹੁੰਦੀ ਹੈ। ਜਦੋਂ ਮੈਂ ਜੁਆਇਨ ਕੀਤਾ ਸੀਗਾ ਤਾਂ ਉੱਥੇ $17 ਸੀਗੇ, ਅਤੇ ਜਦੋਂ ਮੈਂ ਮਾਰਚ ਮੰਥ ਦੇ ਵਿੱਚ ਜੁਆਇਨ ਕੀਤਾ ਸੀ ਤਾਂ ਅਪ੍ਰੈਲ ਦੇ ਵਿੱਚ ਉਹਨਾਂ ਦਾ ਪੇ ਰੇਟ ਵੱਧਦਾ ਸੀ, ਤਾਂ ਉਦੋਂ ਮੇਰੀ ਸੈਲਰੀ ਸੀਗੀ ਉਹ $18.5 ਹੋ ਗਈ ਸੀਗੀ। ਤਾਂ ਕਿਊਬਿਕ ਦੇ ਵਿੱਚ ਆਪਾਂ ਜਿਹੜਾ ਮੰਥਲੀ ਹੈਗਾ ਉਹ ਐਵਰੇਜ ਇੰਨਾ ਮਤਲਬ ਪਰ ਆਵਰ ਆਪਾਂ ਇੰਨਾ ਅਰਨ ਕਰਦੇ ਹਾਂ, ਬਟ ਜਦੋਂ ਆਪਾਂ ਕਿਊਬਿਕ ਤੋਂ ਬਾਹਰ ਆਉਂਦੇ ਹਾਂ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਆਉਂਦੇ ਹੈਗੇ ਤਾਂ ਤੁਹਾਨੂੰ ਉੱਥੇ ਗੌਰਮੈਂਟ ਵੀ ਸਪੋਰਟ ਕਰਦੀ ਆ। ਫੋਰ ਐਗਜ਼ਾਮਪਲ ਜੇ ਤੁਸੀਂ ਅੰਟਾਰੀਓ ਦੇ ਵਿੱਚੋਂ ਜਾਂ ਤੁਸੀਂ ਬੀ ਸੀ ਦੇ ਵਿੱਚੋਂ ਜਾਂ ਤੁਸੀਂ ਅਲਬਰਟਾ ਦੇ ਵਿੱਚ ਹੁੰਦੇ ਹੋ, ਉੱਥੇ ਤੁਸੀਂ ਇੱਕ ਡੇ ਕੇਅਰ ਜੁਆਇਨ ਕਰਦੇ ਹੋ, ਅਤੇ ਜਿਹੜਾ ਡੇ ਕੇਅਰ ਆ ਤੁਹਾਨੂੰ ਸੈਲਰੀ ਦਿੰਦਾ ਕੋਈ $18 ਦਿੰਦਾ, ਕੋਈ $17 ਦਿੰਦਾ, ਹੈ ਨਾ, ਕੋਈ $19 ਦਿੰਦਾ, ਜਿੰਨਾ ਵੀ ਤੁਹਾਨੂੰ ਡੇ ਕੇਅਰ ਦਿੰਦਾ ਉਹਦੇ ਨਾਲ ਨਾਲ ਪਰ ਆਵਰ ਗੌਰਮੈਂਟ ਵੀ ਪੇ ਕਰਦੀ ਆ। ਹੁਣ ਆਪਾਂ ਗੱਲ ਕਰਾਂਗੇ ਉਹ ਪੇ ਰੇਟ ਦੀ, ਫੋਰ ਐਗਜ਼ਾਮਪਲ ਜਿਵੇਂ ਅਲਬਰਟਾ, ਅਲਬਰਟਾ ਦੇ ਵਿੱਚ ਜਿਹੜਾ ਉਹ 3 ਲੈਵਲ ਦੇ ਐਜੂਕੇਟਰ ਹੁੰਦੇ ਆ, ਇੱਕ ਲੈਵਲ 1 ਦਾ, ਇੱਕ ਲੈਵਲ 2, ਇੱਕ ਲੈਵਲ 3। ਤਾਂ ਜਿਹੜਾ ਤੁਹਾਡੇ ਕੋਲ ਜਿਹੜਾ ਲੈਵਲ ਹੈਗਾ, ਜੇ ਤੁਹਾਡੇ ਕੋਲ ਲੈਵਲ 3 ਹੈਗਾ, 2 ਸਾਲਾਂ ਦੀ ਸਟੱਡੀ ਕਰਨ ਤੋਂ ਬਾਅਦ ਆਪਾਂ ਨੂੰ ਲੈਵਲ 3 ਮਿਲਦਾ, ਤਾਂ ਅਲਬਰਟਾ ਦੇ ਵਿੱਚ ਹੈਗਾ ਜਿਹੜਾ ਤੁਹਾਨੂੰ ਡੇ ਕੇਅਰ ਆ ਉਹ ਪੇ ਕਰਦਾ ਗਾ $19-20 ਬੇਸਿਕ ਮੀਨਸ ਕਿ ਜੁਆਇਨਿੰਗ 'ਤੇ ਤੁਹਾਨੂੰ $19-20 ਹਰ ਇੱਕ ਡੇ ਕੇਅਰ ਪੇ ਕਰਦਾ ਜੇਕਰ ਤੁਹਾਡੇ ਕੋਲ ਲੈਵਲ 3 ਆ ਜਿਹੜਾ 2 ਸਾਲ ਦੀ ਸਟੱਡੀ ਤੋਂ ਬਾਅਦ ਮਿਲਦਾ। ਇਹ ਹੋ ਗਿਆ ਆਪਣਾ ਡੇ ਕੇਅਰ ਦਾ ਪਰ ਆਵਰ, ਅਤੇ ਇਹਦੇ ਨਾਲ ਨਾਲ ਜਿਹੜੀ ਗੌਰਮੈਂਟ ਹੈਗੀ ਅਲਬਰਟਾ ਦੀ ਹੈਗੀ ਉਹ ਜ਼ਿਆਦਾ ਸਪੋਰਟ ਕਰਦੀ ਆ। ਤਾਂ ਜੇ ਤੁਹਾਡੇ ਕੋਲ ਲੈਵਲ 3 ਹੈਗਾ ਤਾਂ ਉਹ $8 ਕੁਛ ਸੈਂਟ ਆਲਮੋਸਟ $9 ਤੁਹਾਨੂੰ ਪੇ ਕਰਦੀ ਆ। ਫੋਰ ਐਗਜ਼ਾਮਪਲ ਕਿ ਜੇਕਰ ਤੁਸੀਂ ਅਲਬਰਟਾ ਦੇ ਵਿੱਚ ਐਜ਼ ਐਨ ਐਜੂਕੇਟਰ ਕੰਮ ਕਰ ਰਹੇ ਹੋਗੇ, ਤੁਹਾਡੇ ਕੋਲ ਲੈਵਲ 3 ਆ ਅਤੇ ਤੁਹਾਡੀ ਜਿਹੜੀ ਡੇ ਕੇਅਰ ਆ ਉਹ ਅਪਰੋਕਸੀਮੇਟਲੀ ਰੱਖੋ ਕਿ ਤੁਸੀਂ ਜੁਆਇਨ ਹੀ ਕੀਤਾ, ਨਿਊ ਆ, ਫਰੈਸ਼ਰ ਆ, ਵਿਦਾਊਟ ਐਨੀ ਐਕਸਪੀਰੀਅੰਸ ਆ, ਤੁਹਾਨੂੰ ਉਹ $20 ਵੀ ਦਿੰਦੇ ਆ, ਅਤੇ ਤੁਹਾਡੇ ਜਿਹੜੇ $8 ਕੁਛ ਸੈਂਟ ਆਲਮੋਸਟ $9 ਆ ਗਏ ਜਿਹੜੇ ਉਹ ਤੁਹਾਨੂੰ ਗੌਰਮੈਂਟ ਦਿੰਦੀ ਆ ਪਰ ਆਵਰ, ਤਾਂ ਤੁਹਾਡੇ ਸਟਿੱਲ ਤੁਸੀਂ 1 ਘੰਟੇ ਦੇ $29 ਆ ਜਿਹੜੇ ਉਹ ਬਣਾ ਲੈਣੇ ਹੋਗੇ ਇਨ ਅਲਬਰਟਾ ਐਜ਼ ਐਨ ਐਜੂਕੇਟਰ ਦੇ। ਜਿਵੇਂ ਜਿਵੇਂ ਸੇਮ ਚੀਜ਼ ਆ ਤੁਹਾਡਾ ਐਕਸਪੀਰੀਅੰਸ ਵਧੀ ਜਾਊਗਾ ਉਵੇਂ ਉਵੇਂ ਤੁਹਾਡੀ ਪੁਜੀਸ਼ਨ ਹਾਇਰ ਹੁੰਦੀ ਜਾਊਗੀ ਕਿ ਤੁਸੀਂ ਸੁਪਰਵਾਈਜ਼ਰ ਡਾਇਰੈਕਟਰ, ਉਹ ਚੀਜ਼ਾਂ ਵੀ ਮੈਟਰ ਕਰਨਗੀਆਂ, ਤੁਹਾਡੀ ਪੇ ਰੇਟ ਨੂੰ ਇਨਕਰੀਜ਼ ਕਰਨਗੀਆਂ, ਜਾਂ ਜਿਵੇਂ ਜਿਵੇਂ ਤੁਹਾਡਾ ਐਕਸਪੀਰੀਅੰਸ ਵਧੀ ਜਾਂਦਾ ਗਾ ਉਵੇਂ ਉਵੇਂ ਤੁਹਾਡੇ ਕੋਲ ਤੁਹਾਡਾ ਪੇ ਰੇਟ ਆ ਉਹ ਵੀ ਇਨਕਰੀਜ਼ ਹੋਈ ਜਾਊਗਾ ਜਿਹੜਾ ਤੁਹਾਡਾ ਡੇ ਕੇਅਰ ਹੈਗਾ, ਜਿਹੜਾ ਗੌਰਮੈਂਟ ਦਾ ਟੋਪ ਅਪ ਆ ਉਹ, ਚਾਹੇ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਚਾਹੇ ਨਹੀਂ ਹੈਗਾ, ਉਹ ਸਾਰਿਆਂ ਲਈ ਸੇਮ ਹੀ ਰਹਿਣਾ ਗਾ। ਬਟ ਇਹ ਸੇਮ ਚੀਜ਼ ਆਪਾਂ $29 ਤੋਂ ਜੇ ਆਪਾਂ ਦੇਖੀਏ ਆਫਟਰ ਜਦੋਂ ਤੁਸੀਂ 2 ਸਾਲਾਂ ਦੀ ਸਟੱਡੀ ਡਨ ਕਰਦੇ ਹੋ, ਤੁਹਾਡੇ ਕੋਲ ਕੋਈ ਐਕਸਪੀਰੀਅੰਸ ਨਹੀਂ ਹੁੰਦਾ, ਤਾਂ ਸਿਰਫ ਅਤੇ ਸਿਰਫ ਇਹ ਚੀਜ਼ ਪੋਸੀਬਲ ਆ ਜੇ ਤੁਸੀਂ ਐਜੂਕੇਟਰ ਐਜ਼ ਐਨ ਐਜੂਕੇਟਰ ਕੰਮ ਕਰ ਰਹੇ ਹੋ। ਅਗਰ ਆਪਾਂ ਦੇਖੀਏ ਕਿਤੇ ਤੁਸੀਂ ਹੋਰ ਤੁਹਾਡੀ ਫੀਲਡ ਆ ਗਈ, ਹੈ ਨਾ, ਜਾਂ ਤੁਸੀਂ ਕਿਸੇ ਹੋਰ ਸਟੋਰ 'ਤੇ ਸੁਪਰਵਾਈਜ਼ਰ ਦਾ ਕੰਮ ਕਰ ਰਹੇ ਹੋ, ਇੱਕ ਤਾਂ ਤੁਸੀਂ ਇੰਪਲਾਇਰ ਦੇ ਅੰਡਰ ਆ, ਸਿਰਫ ਉਹੀ ਇੰਪਲਾਇਰ ਤੁਹਾਨੂੰ ਤੁਹਾਡੇ ਮਨ ਦੇ ਵਿੱਚ ਡਰ ਹੁੰਦਾ ਕਿ ਮੈਂ ਇੱਥੇ ਹੀ ਸੁਪਰਵਾਈਜ਼ਰ ਹਾਂ, ਹੈ ਨਾ, ਜਾਂ ਮੈਨੂੰ ਇਹ ਚੀਜ਼ ਜੋਬ ਉੱਥੇ ਹੋਰ ਮਿਲੂ ਜਾਂ ਨਾ ਮਿਲੂ। ਸੈਕਿੰਡ ਥਿੰਗ, ਤੁਹਾਡਾ ਪੇ ਰੇਟ ਵੀ ਆ ਉਹ ਵੀ $29 ਤੱਕ ਕਿਸੇ ਹੱਦ ਤੱਕ ਵੀ ਨਹੀਂ ਹੁੰਦਾ। ਸੈਕਿੰਡ ਇਹਦੂ ਬਾਅਦ ਵਾਲੀ ਗੱਲ ਕੀ ਹੈਗੀ ਕਿ ਜਦੋਂ ਤੁਸੀਂ ਆਪਣੀ ਪੀ ਆਰ ਅਪਲਾਈ ਕਰਨੀ ਆ ਉਦੋਂ ਕੋਈ ਕੁਛ ਜਿਵੇਂ ਕੋਈ ਰਿਕੁਆਇਰਮੈਂਟ ਹੁੰਦੀਆਂ ਗਾ, ਕੋਈ ਜੋਬ ਲੈਟਰ ਲੈਣੀ ਆ, ਪਹਿਲਾਂ ਜੇ ਕਿਸੇ ਹੋਰ ਇੰਪਲਾਇਰ ਕੋਲ ਤੁਹਾਡੇ ਕੋਲ ਜਿਹੜਾ ਐਕਸਪੀਰੀਅੰਸ ਆ, ਜਿਵੇਂ ਜਿਵੇਂ ਤੁਸੀਂ
ਕੰਮ ਕਰੀ ਜਾਂਦੇ ਹੋ, ਸਾਲ ਹੋ ਜਾਂਦਾ 2 ਸਾਲ ਤੇ ਐਂਡ ਤੇ ਤੁਹਾਨੂੰ ਇੰਪਲਾਇਰ ਵੀ ਸਮ ਟਾਈਮ ਸਟੂਡੈਂਟ ਨਾਲ ਹੋ ਜਾਂਦੀ ਹੈ ਕਿ ਧੋਖਾ ਦੇ ਜਾਂਦਾ ਕਿ ਤੁਹਾਨੂੰ ਕਹਿ ਦਿੰਦਾ ਕਿ ਮੈਂ ਸੋਰੀ ਤੈਨੂੰ ਐਕਸਪੀਰੀਅੰਸ ਨਹੀਂ ਦੇਣਾ ਹੈਗਾ। ਰਿਟਰਨ ਦੇ ਵਿੱਚ ਤੁਹਾਨੂੰ ਡਾਕੂਮੈਂਟਸ ਹੈਗੇ ਜਿਹੜੇ ਉਹ ਐਗਰੀ ਨਹੀਂ ਹੁੰਦਾ ਗਾ ਦੇਣ ਲਈ, ਬਟ ਜੇ ਤੁਸੀਂ ਐਜ਼ ਐਨ ਐਜੂਕੇਟਰ ਕੰਮ ਕਰ ਰਹੇ ਹੋ ਤਾਂ ਤੁਸੀਂ ਕੋਈ ਵੀ ਪੇਪਰ ਆ ਲੀਗਲੀ ਤੁਹਾਡਾ ਇੰਪਲਾਇਰ ਆ, ਤੁਹਾਨੂੰ ਕਦੇ ਵੀ ਇਹ ਚੀਜ਼ ਨਹੀਂ ਕਹਿ ਸਕਦਾ ਕਿ ਤੁਹਾਡਾ ਮੈਂ ਐਕਸਪੀਰੀਅੰਸ ਨਹੀਂ ਦੇਣਾ ਜਾਂ ਜਿਵੇਂ ਵੀ ਆ ਮਤਲਬ ਕੋਈ ਕਿਸੇ ਵੀ ਤਰ੍ਹਾਂ ਦੀ ਸਪੋਰਟ ਆ ਜਿਹੜੀ ਉਹ ਲੀਗਲ ਹੈ, ਤੁਹਾਨੂੰ ਕੋਈ ਡਾਕੂਮੈਂਟ ਚਾਹੀਦਾ ਉਹ ਨਹੀਂ ਕਰ ਸਕਦਾ। ਕਿਉਂ? ਕਿਉਂਕਿ ਜਿਹੜਾ ਡੇ ਕੇਅਰ ਹੈਗਾ ਉਹ ਆਲਵੇਜ਼ ਇੱਕ ਲੀਗਲ ਤਰੀਕੇ ਨਾਲ ਚੱਲ ਰਿਹਾ ਹੁੰਦਾ ਗਾ, ਤਾਂ ਉਹਨਾਂ ਨੇ ਕੋਈ ਪਹਿਲਾਂ ਫੇਕ ਚੀਜ਼ ਨਹੀਂ ਰੱਖੀ ਹੁੰਦੀ ਜਿਹਦਾ ਉਹਨੂੰ ਡਰ ਹੋਊਗਾ ਕਿ ਜੇ ਮੈਂ ਇਸ ਮਤਲਬ ਆਪਦੇ ਇੰਪਲਾਈ ਨੂੰ ਇਹ ਡਾਕੂਮੈਂਟ ਦੇਤਾ ਤਾਂ ਇਹ ਫੇਕ ਉਹ ਮੀਨਸ ਕਿ ਮੈਂ ਪਹਿਲਾਂ ਇਹ ਚੀਜ਼ ਲਈ ਫੇਕ ਕੰਮ ਕੀਤਾ ਗਾ ਜਾਂ ਕੁਛ ਵੀ। ਉਹਨਾਂ ਦਾ ਆਲਵੇਜ਼ ਜੈਨੂਅਨ ਕੰਮ ਹੀ ਚੱਲਦਾ ਹੁੰਦਾ ਗਾ, ਤਾਂ ਤੁਹਾਨੂੰ ਕਦੇ ਵੀ ਨਹੀਂ ਕਰਦਾ। ਫੋਰ ਇਗਜ਼ਾਮਪਲ ਜਿਵੇਂ ਮੇਰੇ ਐਕਸਪੀਰੀਅੰਸ ਦੇ ਵਿੱਚ ਸੀਗਾ, ਜਿਹੜਾ ਮੇਰਾ ਮੋਂਟਰੀਅਲ ਦਾ ਐਕਸਪੀਰੀਅੰਸ ਸੀਗਾ ਉਹ 8 ਮੰਥ ਦਾ ਸੀਗਾ, ਤਾਂ ਉੱਥੇ ਉਹਨਾਂ ਨੇ ਮੈਨੂੰ ਕੋਈ ਪ੍ਰੋਬਲਮ ਨਹੀਂ ਕੀਤੀ। ਚਲੋ ਫਿਰ ਵੀ ਉਹ 8 ਮੰਥ ਦਾ ਸੀਗਾ, ਪਹਿਲਾਂ ਮੈਂ ਉੱਥੇ ਇੰਟਰਨਸ਼ਿਪ ਵੀ ਲਾਈ ਹੋਈ ਸੀਗੀ, ਹੈ ਨਾ, ਵੀ 10-11 ਮੰਥ ਮੈਂ ਉਹ ਡੇ ਕੇਅਰ ਨਾਲ ਕੰਮ ਕਰੀ। ਚਲੋ ਉਹਨਾਂ ਨੇ ਆਪਾਂ ਮੰਨ ਲੈਂਦੇ ਹਾਂ ਕਿ ਕੋਈ ਪ੍ਰੋਬਲਮ ਨਹੀਂ ਹੁੰਦੀ। ਜਦੋਂ ਅਸੀਂ ਉੱਥੋਂ ਕੈਲਗਰੀ ਦੇ ਵਿੱਚ ਮੂਵ ਹੋਏ ਹਾਂ, ਕੈਲਗਰੀ ਦੇ ਵਿੱਚ ਮੈਂ ਸਿਰਫ 4 ਮੰਥ ਸੀ ਐਜ਼ ਐਨ ਐਜੂਕੇਟਰ ਕੰਮ ਕੀਤਾ, ਬਟ ਉਹਨਾਂ ਨੇ ਫਿਰ ਵੀ ਇਹ ਚੀਜ਼ ਪ੍ਰੋਬਲਮ ਨਹੀਂ ਕੀਤੀ ਕਿ ਤੁਸੀਂ 4 ਮਹੀਨੇ ਬਾਅਦ ਜੋਬ ਛੱਡ ਰਹੇ ਹੋ ਜਾਂ ਅਸੀਂ ਤੁਹਾਨੂੰ ਇਹ ਲੈਟਰ ਨਹੀਂ ਦੇਣੀ ਹੈਗੀ, ਐਕਸਪੀਰੀਅੰਸ ਨਹੀਂ ਦੇਣਾ ਹੈਗਾ ਜਾਂ ਜੇ ਵੋ। ਉਹਨਾਂ ਨੇ ਕੋਈ ਚੀਜ਼ ਨਹੀਂ ਕੀਤੀ ਹੈਗੀ ਗੀ, ਅਤੇ ਮਤਲਬ ਜਿਹੜਾ ਮੇਰਾ ਐਕਸਪੀਰੀਅੰਸ ਸੀ ਉਹ ਈਜ਼ਲੀ ਮੈਨੂੰ ਮਿਲ ਗਿਆ। ਅਤੇ ਇਹ ਚੀਜ਼ਾਂ ਸੀਗੀਆਂ ਆਪਣਾ ਮੀਨਸ ਕਿ ਜਦੋਂ ਤੁਸੀਂ ਪ੍ਰੋਵਿੰਸ 'ਚ ਮੂਵ ਕਰਨਾ, ਹੈ ਨਾ, ਜਾਂ ਤੁਸੀਂ ਆਪਦੀ ਜੋਬ ਕੁਇਟ ਕਰਨੀ ਹੈਗੀ, ਤਾਂ ਤੁਹਾਡੇ ਕੋਲ ਜਿਹੜੇ ਹੈਗੇ ਤੁਹਾਡਾ ਇੰਪਲਾਇਰ ਨਹੀਂ ਫਸਟ ਥਿੰਗ, ਅਤੇ ਤੁਹਾਨੂੰ ਮੀਨਸ ਕਿ ਤੁਹਾਡੇ ਡਾਕੂਮੈਂਟਸ ਨਹੀਂ, ਇਹ ਨਹੀਂ ਹੈਗਾ ਤੁਹਾਨੂੰ ਇਨਕੰਪਲੀਟ ਮਿਲਣਗੇ ਜਾਂ ਤੁਹਾਡਾ ਕੋਈ ਇੰਪਲਾਇਰ ਤੁਹਾਨੂੰ ਐਗਰੀ ਨਹੀਂ ਕਰਦਾ। ਸੈਕਿੰਡ ਥਿੰਗ, ਅਤੇ ਆਪਾਂ ਜਦੋਂ ਮੂਵ ਹੋ ਰਹੇ ਹਾਂ, ਚਾਹੇ ਡੇ ਕੇਅਰ ਚਾਹੇ ਪ੍ਰੋਵਿੰਸ ਚਾਹੇ ਕੁਛ ਵੀ ਆਪਾਂ ਸ਼ਹਿਰ ਮੂਵ ਹੋ ਰਹੇ ਹੈਗੇ, ਤਾਂ ਉਦੋਂ ਆਪਾਂ ਨੂੰ ਇੱਕ ਚੀਜ਼ ਦਾ ਡਾਊਟ ਹੁੰਦਾ ਕਿ ਜੋਬ ਦਾ, ਉਹ ਵੀ ਤੁਹਾਡੀ ਮੂਵ ਹੋਣ ਤੋਂ ਪਹਿਲਾਂ ਹੀ ਸਿਕਿਓਰ ਹੋ ਜਾਂਦੀ ਹੈ। ਮੇਰੇ ਐਕਸਪੀਰੀਅੰਸ ਦੇ ਵਿੱਚ ਕੀ ਸੀਗਾ ਕਿ ਜਦੋਂ ਮੈਂ ਸਟੱਡੀ ਆਪਦੀ ਡਨ ਕੀਤੀ ਸੀ ਤਾਂ ਨਾਲ ਦੀ ਨਾਲ ਹੀ ਮੇਰੀ ਮਤਲਬ ਮੇਰੇ ਕੋਲ ਜੋਬ ਸਿਕਿਓਰ ਸੀਗੀ। ਤਾਂ ਸਭ ਤੋਂ ਪਹਿਲਾਂ ਕੀ ਹੋਇਆ ਕਿ ਜਦੋਂ ਮੈਂ ਆਪਦੀ ਸਟੱਡੀ ਡਨ ਕੀਤੀ ਤਾਂ ਮੈਨੂੰ ਇਹ ਚੀਜ਼ ਸੀਗੀ, ਮੈਂ ਜਿਹੜੀ ਮੇਰੀ ਸਟੱਡੀ ਸੀਗੀ ਉਹ ਔਨਲਾਈਨ ਸਟੱਡੀ ਸੀ, ਮੈਂ ਬ੍ਰੈਂਪਟਨ ਦੇ ਵਿੱਚ ਹੀ ਰਹੀ ਸੀ। ਮੈਨੂੰ ਐਵੇਂ ਸੀਗਾ ਕਿ ਮੈਂ ਅੰਟਾਰੀਓ ਪ੍ਰੋਵਿੰਸ ਦੇ ਵਿੱਚ ਰਹਾਂ। ਅੰਟਾਰੀਓ ਪ੍ਰੋਵਿੰਸ ਦੇ ਵਿੱਚ ਇੱਕ ਛੋਟਾ ਜਿਹਾ ਸ਼ਹਿਰ ਆ ਜਾਂਦਾ ਪੋਰਟ ਐਲਗਨ, ਬਹੁਤ ਛੋਟਾ ਜਿਹਾ ਵਾ। ਪਹਿਲਾਂ ਮੇਰੀ ਜੋਬ ਉੱਥੇ ਹੀ ਮੀਨਸ ਕਿ ਸਭ ਤੋਂ ਪਹਿਲਾਂ ਉੱਥੇ ਫਾਈਨਲ ਹੋ ਗਈ ਸੀ, ਮੈਂ ਉੱਥੇ ਗਈ ਹਾਂ, ਬਟ ਮੈਨੂੰ ਉੱਥੋਂ ਦਾ ਜਿਹੜਾ ਸੀਗਾ ਵੀ ਰਹਿਣਾ ਥੋੜ੍ਹਾ ਔਖਾ ਲੱਗਿਆ ਕਿਉਂਕਿ ਉੱਥੇ ਕੋਈ ਪਬਲਿਕ ਟਰਾਂਸਪੋਰਟੇਸ਼ਨ ਜ਼ਿਆਦਾ ਨਹੀਂ ਸੀਗੀ, ਹੈ ਨਾ, ਬਟ ਮੇਰੇ ਕੋਲ ਜੋਬ ਹੈਗੀ ਸੀਗੀ। ਮੈਂ 1-2 ਦਿਨ ਉੱਥੇ ਗਈ ਹਾਂ, ਅਤੇ 1-2 ਦਿਨ ਤੋਂ ਬਾਅਦ ਜਿਵੇਂ ਸੀਗੀ, ਹੈ ਨਾ, ਮੈਨੂੰ ਉੱਥੋਂ ਹੀ ਜਿੱਥੇ ਮੈਂ ਇੰਟਰਨਸ਼ਿਪ ਲਾਈ ਸੀ ਪਹਿਲਾਂ ਮੋਂਟਰੀਅਲ ਦੇ ਵਿੱਚ, ਤਾਂ ਮੈਨੂੰ ਉੱਥੋਂ ਦੀ ਜੋਬ ਔਫਰ ਆ ਗਈ, ਤਾਂ ਮੈਂ ਉੱਥੋਂ ਮੋਂਟਰੀਅਲ ਜਾਣਾ ਵਧੀਆ ਸਮਝਿਆ, ਹੈ ਨਾ, ਮੈਂ ਮੋਂਟਰੀਅਲ ਐਜ਼ ਆ ਐਜੂਕੇਟਰ ਜੁਆਇਨ ਕੀਤਾ। ਉਸ ਤੋਂ ਬਾਅਦ ਸਾਡਾ ਪਲੈਨ ਬਣ ਗਿਆ ਕਿ ਮੂਵ ਹੋਣ ਦਾ, ਹੈ ਨਾ। ਜਦੋਂ ਮੂਵ ਹੋਣ ਦਾ ਅਸੀਂ ਕੈਲਗਰੀ ਡਿਸਾਈਡ ਕੀਤਾ, 8 ਮਹੀਨੇ ਬਾਅਦ ਉੱਥੋਂ ਜਦੋਂ ਕੈਲਗਰੀ ਦਾ ਡਿਸਾਈਡ ਕੀਤਾ ਅਤੇ ਕੈਲਗਰੀ ਦੀਆਂ ਜੋਬਸ ਅਪਲਾਈ ਕਰਨੀਆਂ ਸ਼ੁਰੂ ਕਰ ਦਿੱਤੀਆਂ, ਹੈ ਨਾ। ਲਾਸਟ ਮੇਰਾ ਉੱਥੋਂ ਨਵੰਬਰ ਸੀਗਾ, ਅਤੇ ਇੱਥੇ ਮੇਰੀ ਕੈਲਗਰੀ ਦੇ ਵਿੱਚ 1 ਦਸੰਬਰ ਤੋਂ ਸਟਾਰਟਿੰਗ ਸੀਗੀ। ਕਿ ਕੋਈ ਮੈਨੂੰ ਇਹ ਨਹੀਂ ਹੈਗਾ ਮੇਰਾ ਐਕਸਪੀਰੀਅੰਸ ਖਰਾਬ ਹੋਇਆ, ਮੈਨੂੰ ਘਰ ਰਹਿਣਾ ਪਿਆ ਜਾਂ 2 ਮਹੀਨੇ ਲੰਘ ਗਏ, ਮਹੀਨਾ ਲੰਘ ਗਏ, ਈਵਨ ਕਿ ਹਫ਼ਤਾ ਵੀ ਨਹੀਂ ਲੰਘਦਾ ਗਾ। ਕਿ ਫਰਾਈਡੇ ਤੁਹਾਡਾ ਇੱਕ ਜੋਬ 'ਤੇ ਲਾਸਟ ਦਿਨ ਹੁੰਦਾ ਗਾ, ਅਤੇ ਆਉਂਦੇ ਮੰਡੇ ਤੁਹਾਡਾ ਜੋਬ ਸਿਕਿਓਰ ਹੁੰਦੀ ਹੈਗੀ। ਫਿਰ ਜਦੋਂ ਕੈਲਗਰੀ ਰਹਿੰਦੇ ਸੀ, ਕੈਲਗਰੀ ਤੋਂ ਬਾਅਦ ਮੂਵ ਹੋਣ ਦਾ ਪਲੈਨ ਬਣਿਆ ਗਾ ਗ੍ਰੈਂਡ ਪ੍ਰੈਰੀ ਦਾ, ਤਾਂ ਕੈਲਗਰੀ ਦੇ ਵਿੱਚ ਜਦੋਂ ਸੀਗਾ ਮੇਰਾ ਲਾਸਟ ਮਾਰਚ ਸੀਗੀ, ਮਾਰਚ ਦਾ ਜਿਹੜਾ ਲਾਸਟ ਮੰਥ ਦਾ ਲਾਸਟ ਫਰਾਈਡੇ ਸੀਗਾ ਉਹ ਮੇਰਾ ਉੱਥੇ ਲਾਸਟ ਸੀਗਾ, ਅਤੇ ਮੰਡੇ ਤੋਂ ਮੇਰੀ ਇੱਥੇ ਅਪ੍ਰੈਲ ਦੇ ਵਿੱਚ ਜੁਆਇਨਿੰਗ ਸੀਗੀ। ਅਤੇ ਜਿਹੜੀ ਜੋਬ ਹੈਗੀ ਉਹ ਵੀ ਤੁਹਾਨੂੰ ਈਜ਼ਲੀ ਬਹੁਤ ਮਿਲ ਜਾਂਦੀ ਹੈ ਜਦੋਂ ਤੁਸੀਂ ਕੋਈ ਪ੍ਰੋਵਿੰਸ ਚੂਜ਼ ਕਰਦੇ ਹੋ। ਈਵਨ ਕਿ ਤੁਹਾਡਾ 1 ਦਿਨ ਵੀ ਜੇ ਤੁਸੀਂ ਚਾਹੋ 1-2 ਦਿਨ ਰੈਸਟ ਕਰਨੀ ਤੁਹਾਨੂੰ ਮਿਲ ਸਕਦੀ ਹੈ, ਬਟ ਜੇ ਤੁਸੀਂ ਨਾ ਚਾਹੋ ਤਾਂ ਤੁਹਾਨੂੰ ਉਹਦੀ ਇਹ ਨਹੀਂ ਹੈਗਾ ਕਿ ਤੁਹਾਡੀ 1 ਵੀ ਦਿਹਾੜੀ ਮਰ ਜੂਗੀ, ਜਿਹਨਾਂ ਨੂੰ ਦਿਹਾੜੀ ਨਾਲ ਪਿਆਰ ਆ। ਪਰ ਮੈਂ ਇਹ ਚੀਜ਼ ਨਾਲ ਮੈਨੂੰ ਪਿਆਰ ਹੈ ਨਹੀਂ ਗਾ, ਮੈਂ ਚਾਹੁੰਦੀ ਹਾਂ, ਪਰ ਸਟਿਲ ਜਦੋਂ ਐਕਸਪੀਰੀਅੰਸ ਚਾਹੀਦਾ ਹੋਵੇ ਫਿਰ ਉਹ 1-1 ਦਿਨ ਵੀ ਮੈਟਰ ਕਰਦਾ ਗਾ। ਜਦੋਂ 1 ਸਾਲ ਦਾ ਪੂਰਾ ਹੋ ਗਿਆ ਛੇਤੀ ਹੋਣ ਵਾਲਾ, ਫਿਰ ਆਪਾਂ ਚਿੱਲ ਕਰਾਂਗੇ। ਫਿਰ ਜਦੋਂ ਆਪਾਂ ਜੋਬ ਜੁਆਇਨ ਕਰ ਲੈਂਦੇ ਹੁਣ, ਹਰੇਕ ਜੋਬ ਦੇ, ਹੈ ਨਾ, ਜਿਹੜਾ ਡੇ ਕੇਅਰ ਆ ਉਹਦੇ ਡਿਫਰੈਂਟ ਬੈਨੀਫਿਟ ਹੁੰਦੇ ਆ। ਸੇਮ ਚੀਜ਼ ਜਦੋਂ ਆਪਾਂ 3 ਮੰਥ ਬਾਅਦ, ਹੈ ਨਾ, ਸਾਰੇ ਉਹ ਹੈਲਥ ਬੈਨੀਫਿਟ ਵਗੈਰਾ ਵਾ ਜਿਹੜੇ ਉਹ ਸਾਰੇ ਆ ਉਹ ਮੀਨਸ ਕਿ ਮਿਲਣ ਲੱਗ ਜਾਂਦੇ ਹੈਗੇ। ਸੈਕਿੰਡ ਥਿੰਗ ਤਾਂ ਕੀ ਹੁੰਦੀ ਹੈਗੀ, ਜਿਹੜਾ ਡੇ ਕੇਅਰ ਦਾ ਜਿਹੜਾ ਮਾਹੌਲ ਹੁੰਦਾ ਗਾ ਉਹ ਬਹੁਤ ਹੀ ਰਿਲੈਕਸ ਹੁੰਦਾ ਡੇ ਕੇਅਰ ਦਾ ਮਾਹੌਲ, ਕਿਉਂਕਿ ਉਹਦਾ ਜਿਹੜਾ ਸੈਟਅਪ ਹੈਗਾ ਉਹ ਇਹਨਾਂ ਦੇ ਕਲਚਰ ਦੇ ਅਕੋਰਡਿੰਗ ਕੀਤਾ ਹੁੰਦਾ ਗਾ। ਤਾਂ ਜਿਵੇਂ ਹੁਣ ਫੋਰ ਐਗਜ਼ਾਮਪਲ ਆਪਾਂ ਸੋਚੀਏ ਕਿ ਜਿਵੇਂ ਹਰੇਕ ਕੰਮ 'ਤੇ ਆਪਾਂ ਜਦੋਂ ਕਿਤੇ ਵੀ ਕੰਮ ਕਰਦੇ ਹਾਂ, ਹੈ ਨਾ, ਤਾਂ ਆਪਾਂ ਨੂੰ ਇਹ ਪ੍ਰੋਬਲਮ ਹੁੰਦੀ ਹੈ ਕਿ ਛੁੱਟੀ ਨਹੀਂ ਮਿਲਣੀ, ਹੈ ਨਾ। ਤਾਂ ਡੇ ਕੇਅਰ ਦੇ ਵਿੱਚ ਹਮੇਸ਼ਾ ਕੀ ਹੁੰਦਾ ਗਾ ਕਿ ਤੁਹਾਨੂੰ ਜੇ ਸਮਰ ਬ੍ਰੇਕ ਆ, ਈਵਨ ਕਿ ਸਪਰਿੰਗ ਬ੍ਰੇਕ, ਸਮਰ ਬ੍ਰੇਕ, ਹਰੇਕ ਜਿਹੜਾ ਤੁਹਾਡੀ ਮੀਨਸ ਕਿ
ਸੀਜ਼ਨ ਦੇ ਵਿੱਚ ਜੇ ਤੁਸੀਂ ਚਾਹੋ ਆਪਦੀ ਬ੍ਰੇਕ ਆ ਜਿਵੇਂ 2 weeks ਦੀ ਬ੍ਰੇਕ ਹੁੰਦੀ ਆ ਹਨਾ, ਜਿਵੇਂ ਜਿਵੇਂ ਤੁਸੀਂ ਉੱਥੇ ਮੀਨਸ ਕਿ ਇੱਕੋ ਡੇ ਕੇਅਰ ਨਾਲ ਕੰਮ ਕਰਦੇ ਉਵੇਂ ਉਵੇਂ ਤੁਹਾਡੀ ਉਹ ਕਵਰ ਵੀ ਹੁੰਦੀ ਹੈਗੀ ਕਿ 2 week ਦੀ ਵਕੇਸ਼ਨ ਆ ਉਹ ਪੇ ਕਰਦੇ ਆ ਹਨਾ, ਜਾਂ ਕੋਈ ਆਪਾਂ ਕਹਿ ਲਓ ਵੀ ਕ੍ਰਿਸਮਿਸ ਦੇ ਵਿੱਚ ਵਕੇਸ਼ਨ ਲੈਣੀ ਹੈਗੀ ਤਾਂ ਉਹ ਵੀ ਚੀਜ਼ ਆਪਾਂ ਨੂੰ 2 month ਲਈ ਬਹੁਤ ਈਜ਼ਲੀ ਮਿਲ ਜਾਂਦੀ ਹੈ। ਈਵਨ ਕਿ ਜਿੰਨੇ ਕੁ 3 day ਕੇਅਰ ਨਾਲ ਮੈਂ ਕੰਮ ਕੀਤਾ ਗਾ ਅਤੇ ਉੱਥੇ ਇੱਕ ਇਹ ਚੀਜ਼ ਹੁੰਦੀ ਸੀਗੀ ਕਿ ਉਹ ਸਟਾਰਟ ਦੇ ਜਿਹੜਾ ਈਅਰ ਹੈਗਾ ਉਹਦੇ ਸਟਾਰਟਿੰਗ 'ਚ ਹੀ ਪੁੱਛ ਲੈਂਦੇ ਸੀਗੇ ਕਿ ਤੁਸੀਂ ਹੈਗਾ ਜਿਹੜਾ ਬ੍ਰੇਕ 'ਤੇ ਉਹ ਕਦੋਂ ਜਾਣਾ, ਤੁਸੀਂ ਕਦੋਂ ਤੁਹਾਨੂੰ 2 week ਦੀ ਉਹ ਬ੍ਰੇਕ ਚਾਹੀਦੀ ਹੈ ਹੈ ਨਾ, ਤਾਂ ਬਹੁਤ ਸੌਖਾ ਮਾਹੌਲ ਹੁੰਦਾ ਗਾ, ਸਿੱਧਾ ਹੁੰਦਾ ਹੈ ਨਾ। ਅਤੇ ਅੱਜ ਗੱਲ ਕੀਤੀ ਸੀ ਆਪਾਂ ਅਰਲੀ ਚਾਈਲਡਹੁੱਡ ਐਜੂਕੇਸ਼ਨ ਸਟੱਡੀ ਕਰਨ ਦੇ ਕੀ ਬੈਨੀਫਿਟ ਨੇ। ਕਰੰਟਲੀ ਮੈਂ ਜਿਹੜੀ ਜੋਬ ਕਰ ਰਹੀ ਹਾਂ ਉਹ YMCA ਔਰਗਨਾਈਜੇਸ਼ਨ ਦੇ ਅੰਡਰ ਕਰ ਰਹੀ ਹਾਂ ਕਿ YMCA ਔਰਗਨਾਈਜੇਸ਼ਨ ਆ ਉਹ ਜਿਹੜੀ ਸਭ ਤੋਂ ਵੱਡੀ ਔਰਗਨਾਈਜੇਸ਼ਨ ਆ ਜਿਹਦੇ ਹਰੇਕ ਪ੍ਰੋਵਿੰਸ ਦੇ ਹਰੇਕ ਸਿਟੀ ਦੇ ਵਿੱਚ ਆ ਕੇ ਜਿਹੜੇ ਡੇ ਕੇਅਰ ਹੁੰਦੇ ਆ ਅਤੇ ਡਿਫਰੈਂਟ ਤਰ੍ਹਾਂ ਦਾ ਇੱਥੇ ਮਾਹੌਲ ਹੁੰਦਾ ਗਾ ਅਤੇ ਡਿਫਰੈਂਟ ਤਰ੍ਹਾਂ ਦੇ ਜਿਹੜੇ ਬੈਨੀਫਿਟ ਆ ਗਏ ਉਹ ਸਾਰੀਆਂ ਚੀਜ਼ਾਂ YMCA ਦੇ ਰਿਲੇਟਡ ਆਪਾਂ ਡਿਸਕਸ ਕਰਾਂਗੇ ਨੈਕਸਟ ਵੀਡੀਓ ਦੇ ਵਿੱਚ ਹੈ ਨਾ। ਅਤੇ ਅੱਜ ਗੱਲ ਕੀਤੀ ਸੀ ਆਪਾਂ ਅਰਲੀ ਚਾਈਲਡਹੁੱਡ ਐਜੂਕੇਸ਼ਨ ਕੋਰਸ ਦੇ ਕੀ ਬੈਨੀਫਿਟ ਆ ਗਏ, ਤਾਂ ਆਪਾਂ ਅਗਲੀਆਂ ਜਿਹੜੀਆਂ ਵੀਡੀਓਸ ਹੋਣਗੀਆਂ ਉਹਨਾਂ ਦੇ ਵਿੱਚ ਡਿਸਕਸ ਕਰਾਂਗੇ। ਜਿਵੇਂ ਮੈਂ ਕਰੰਟਲੀ ਜੋਬ ਕਰ ਰਹੀ ਹਾਂ YMCA ਦੇ ਨਾਲ, ਤਾਂ ਉਹਦਾ ਕੀ ਸਕੋਪ ਆ, ਕੀ ਬੈਨੀਫਿਟ ਆ ਗਏ ਉਸ ਔਰਗਨਾਈਜੇਸ਼ਨ ਦੇ, ਅਤੇ ਨਾਲ ਹੀ ਆਪਾਂ ਡਿਸਕਸ ਕਰਾਂਗੇ ਕਿ ਹਰੇਕ ਪ੍ਰੋਵਿੰਸ ਦਾ ਜਿਹੜਾ ਲਾਇਸੈਂਸ ਆ ਉਹ ਕਿਵੇਂ ਅਪਲਾਈ ਕਰ ਸਕਦੇ ਹਾਂ, ਅਲਬਰਟਾ ਦਾ ਕਿਵੇਂ ਕਰ ਸਕਦੇ ਹੋ, BC ਦਾ ਕਿਵੇਂ ਕਰ ਸਕਦੇ ਹੋ ਹੈ ਨਾ, ਅਤੇ ਕਿਵੇਂ ਆਪਾਂ ਜਿਹੜਾ ਲਾਇਸੈਂਸ ਆ ਉਹ ਅਪਲਾਈ ਕਰ ਸਕਦੇ ਹਾਂ ਅੰਟਾਰੀਓ ਦਾ ਜਾਂ ਮੋਂਟਰੀਅਲ ਦਾ, ਕਿਊਬਿਕ, ਐਵਰੀਥਿੰਗ ਡਿਸਕਸ ਕਰਾਂਗੇ ਆਪਾਂ ਅਲੱਗ ਅਲੱਗ ਪ੍ਰੋਵਿੰਸ ਦੇ ਨਾਲ ਰਿਲੇਟਡ। ਅਤੇ ਜੇਕਰ ਤੁਹਾਨੂੰ ਕੋਈ ਹੋਰ ਹੈਲਪ ਦੀ ਲੋੜ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾਂ ਪਰਸਨਲੀ ਮੈਸੇਜ ਕਰ ਸਕਦੇ ਹੋਗੇ ਕਿ ਤੁਹਾਡੀਆਂ ਤੁਸੀਂ ਕਿਵੇਂ ਕੋਰਸ ਚੂਜ਼ ਕਰ ਸਕਦੇ ਹੋ, ਕਿਹੜਾ ਪ੍ਰੋਵਿੰਸ ਤੁਹਾਡੇ ਲਈ ਵਧੀਆ ਵਾ, ਜਾਂ ਜਿੰਨਾ ਕੁ ਮੇਰਾ ਐਕਸਪੀਰੀਅੰਸ ਰਿਹਾ ਗਾ ਉਹਦੇ ਅਕੋਰਡਿੰਗ ਮੈਂ ਤੁਹਾਨੂੰ ਉਹ ਚੀਜ਼ ਲਈ ਗਾਈਡ ਕਰ ਸਕਦੀ ਹਾਂ, ਬਿਕੋਜ਼ ਕਿ ਮੈਂ ਸਾਰੇ ਪ੍ਰੋਵਿੰਸ ਘੁੰਮ ਚੁੱਕੀ ਹੈਗੀ, ਜਿਵੇਂ ਇੱਕ ਤਰ੍ਹਾਂ ਦੇ ਕਹਿ ਸਕਦੀ ਹਾਂ ਹਰੇਕ ਪ੍ਰੋਵਿੰਸ ਦਾ ਕਿਵੇਂ ਲਾਇਸੈਂਸ ਅਪਲਾਈ ਕਰਨਾ। ਅਤੇ ਜਿਵੇਂ ਸਾਰੇ ਪ੍ਰੋਵਿੰਸਾਂ ਦੇ ਬਾਰੇ ਵਿੱਚ ਆਪਾਂ ਜਿਵੇਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ, ਜਿਵੇਂ ਮੈਂ ਵੀ ਹਰੇਕ ਜਿਹੜਾ ਪ੍ਰੋਵਿੰਸ ਆ ਉਹਦੇ ਨਾਲ ਮੇਰਾ ਐਕਸਪੀਰੀਅੰਸ ਰਿਹਾ ਵਾ, ਜਿਵੇਂ ਕਿ ਕਿਊਬਿਕ ਨਾਲ ਵੀ ਰਿਹਾ, ਅੰਟਾਰੀਓ ਦੇ ਨਾਲ ਵੀ ਰਿਹਾ, ਅਲਬਰਟਾ ਦੇ ਨਾਲ ਵੀ ਰਿਹਾ, ਅਤੇ ਈਵਨ ਕਿ BC ਦੇ ਨਾਲ ਵੀ, ਕਿਉਂਕਿ ਸਾਡਾ ਪਹਿਲਾਂ ਗ੍ਰੈਂਡ ਪ੍ਰੈਡੀ ਤੋਂ ਮੂਵ ਹੋਣ ਦਾ ਪਲੈਨ ਬਣ ਰਿਹਾ ਸੀਗਾ BC ਦਾ ਵੀ, ਸੋ ਉਹਦੇ ਰਿਲੇਟਡ ਵੀ ਸਾਰੀ ਆਪਾਂ ਜਿਹੜੀ ਨੌਲੇਜ ਆ ਉਹ ਡਿਸਕਸ ਕਰਾਂਗੇ ਅਗਲੀਆਂ ਵੀਡੀਓਜ਼ ਦੇ ਵਿੱਚ। ਜੇ ਤੁਹਾਨੂੰ ਕੋਈ ਵੀ ਹੈਲਪ ਚਾਹੀਦੀ ਹੋਵੇ ਕਿ ਕਿਵੇਂ ਕੋਰਸ ਨੂੰ ਚੂਜ਼ ਕਰਨਾ, ਕੀ ਇਹਦੀਆਂ ਰਿਕੁਆਇਰਮੈਂਟ ਆ, ਕਿਹੜਾ ਕਾਲਜ ਚੂਜ਼ ਕਰੀਏ ਜਾਂ ਕਿਹੋ ਜਿਹਾ ਕਿਹੜਾ ਪ੍ਰੋਵਿੰਸ ਚੂਜ਼ ਕਰੀਏ, ਤਾਂ ਤੁਸੀਂ ਮੈਸੇਜ ਕਰ ਸਕਦੇ ਹੋ। ਅਤੇ ਅਪਮਿੰਗ ਵੀਡੀਓਜ਼ ਤਾਂ ਜਿਹੜੀਆਂ ਉਹਨਾਂ ਦੇ ਵਿੱਚ ਵੀ ਆਪਾਂ ਇੱਕ ਇੱਕ ਕਰਕੇ ਸਾਰੇ ਪੁਆਇੰਟ ਡਿਸਕਸ ਕਰਾਂਗੇ। ਅਤੇ ਐਂਡ 'ਤੇ ਮੇਨ ਇਹੀ ਚੀਜ਼ ਹੈਗੀ ਕਿ ਜੇ ਤੁਸੀਂ ਅਰਲੀ ਚਾਈਲਡਹੁੱਡ ਐਜੂਕੇਸ਼ਨ ਕੋਰਸ ਕਰ ਲੈਂਦੇ ਤਾਂ ਰੀਅਲੀ ਤੁਹਾਡੇ ਲਈ ਬਹੁਤ ਗੁੱਡ ਹੋ ਜਾਂਦਾ ਗਾ। ਇੱਥੇ ਅਰਨ ਕਰਨਾ ਵੀ, ਜਿਵੇਂ ਆਪਾਂ ਪੇ ਰੇਟ ਐਵਰੀਥਿੰਗ ਡਿਸਕਸ ਕਰ ਲਈ ਆ, ਸੈਕਿੰਡ ਥਿੰਗ ਤਾਂ ਤੁਹਾਡੇ ਕੋਲ ਜੋਬ ਓਪਰਚੁਨਿਟੀਜ਼ ਇੰਨੀਆਂ ਕੁ ਜ਼ਿਆਦਾ ਹੋਊਗੀਆਂ ਕਿ ਤੁਸੀਂ ਕੈਨੇਡਾ ਦੇ ਕਿਤੇ ਮਰਜ਼ੀ ਚਲੇ ਜਾਓ ਤੁਹਾਡੇ ਕੋਲ ਜੋਬ ਸਿਕਿਓਰ ਤੁਹਾਡੀ ਪਹਿਲਾਂ ਹੋਊਗੀ। ਜਿਵੇਂ ਕਿ ਤੁਸੀਂ ਮੂਵ ਹੋਣ ਦਾ ਪਲੈਨ ਬਣਾ ਦਿਓ ਕਿ ਨੈਕਸਟ ਮੰਥ ਮੈਂ ਮੂਵ ਹੋਣਾ, ਬਟ ਨੈਕਸਟ ਮੰਥ ਦੇ ਵਿੱਚ ਫੋਰ ਸ਼ੋਰ ਤੁਹਾਡੇ ਕੋਲ ਜੋਬ ਵੀ ਉੱਥੇ ਸਿਕਿਓਰ ਹੋਊਗੀ ਜੇ ਤੁਸੀਂ ਐਜ਼ ਐਨ ਐਜੂਕੇਟਰ ਜੋਬ ਕਰ ਰਹੇ ਹੋ। ਕਿ ਜਿੰਨਾ ਕਿ ਸਟੂਡੈਂਟ ਲਾਈਫ ਹੁੰਦੀ ਹੈਗੀ ਤੁਹਾਡੀ, ਜਿਹੜਾ ਕਿ ਤੁਸੀਂ ਉਹਦੇ ਵਿੱਚ ਸਟਰਗਲ ਕਰ ਰਹੇ ਹੋ, ਕਿਸੇ ਰੈਸਟੋਰੈਂਟ 'ਤੇ ਕੰਮ ਕੀਤਾ ਜਾਂ ਕਿਸੇ ਸਟੋਰ 'ਤੇ ਕੰਮ ਕੀਤਾ, ਜਾਂ ਜਿਹੜੀ ਸਾਰੀ ਚੀਜ਼ ਹੁੰਦੀ ਹੈ ਕਿ ਤੁਹਾਡੀ ਭਟਕਣਾ ਉਹ 2 ਸਾਲ ਤੱਕ ਹੀ ਰਹਿੰਦੀ ਹੈਗੀ, ਉਸ ਤੋਂ ਬਾਅਦ ਤੁਹਾਡੇ ਕੋਲ ਇੱਕ ਸੇਮ ਸਮੂਥ ਜਿਹੜਾ ਹੈਗਾ ਵਾ ਟਰੈਕ ਬਣ ਜਾਂਦਾ ਕਿ ਇੱਕ ਫੀਲਡ ਹੋ ਜਾਂਦੀ ਹੈਗੀ, ਅਤੇ ਤੁਸੀਂ ਉਹ ਫੀਲਡ ਦੇ ਵਿੱਚ ਹੀ ਅੱਗੇ ਅੱਗੇ ਗਰੋ ਕਰੀ ਜਾਂਦੇ ਹੋ, ਬਹੁਤ ਰਿਸਪੈਕਟ ਹੁੰਦੀ ਹੈਗੀ ਹੈ ਨਾ। ਜਿਹੜੀ ਆਪਾਂ ਮੇਨ ਇੱਕ ਚੀਜ਼ ਹੋਰ ਵੀ ਇੱਥੇ ਮੈਂ ਕਹਿਣੀ ਚਾਹੁੰਦੀ ਹਾਂ ਕਿ ਜਿਹੜੀ ਮੇਰੀ ਨੈਕਸਟ ਵੀਡੀਓ ਦੇ ਵਿੱਚ ਮੈਂ ਇੱਕ ਚੀਜ਼ ਡਿਸਕਸ ਕਰਨਾ ਚਾਹੁੰਦੀ ਹਾਂ ਕਿ ਆਪਣੇ ਲੋਕਾਂ ਦਾ ਕਨਸੈਪਟ ਕੀ ਹੈ ਡੇ ਕੇਅਰ ਦੇ ਰਿਗਾਰਡਿੰਗ, ਅਤੇ ਐਕਚੁਅਲ ਦੇ ਵਿੱਚ ਡੇ ਕੇਅਰ ਹੈਗੀ ਕੀ ਚੀਜ਼ ਆ, ਕੀ ਉਹਦੇ ਬੈਨੀਫਿਟ ਹੈਗੇ। ਮੇ ਬੀ ਉਹ ਵੀ ਤੁਹਾਡੀ ਹੈਲਪ ਕਰੂਗਾ ਕਿ ਸਮਟਾਈਮਸ ਆਪਣੇ ਦਿਮਾਗ ਦੇ ਵਿੱਚ ਕੁਛ ਕੁ ਡਾਊਟਸ ਹੁੰਦੇ ਹੈਗੇ ਕਿ ਹਾਂ ਐਵੇਂ ਹੁੰਦਾ ਅਰਲੀ ਚਾਈਲਡਹੁੱਡ ਐਜੂਕੇਸ਼ਨ ਵਿੱਚ, ਐਵੇਂ ਹੁੰਦਾ ਡੇ ਕੇਅਰ ਦੇ ਵਿੱਚ ਵੀ, ਨਹੀਂ ਮੈਨੂੰ ਤਾਂ ਨਹੀਂ ਹੋਣਾ, ਮੈਂ ਤਾਂ ਔਖਾ ਵਾ ਮੇਰੇ ਲਈ ਤਾਂ ਹੈ ਨਾ। ਉਹ ਸਾਰੀਆਂ ਚੀਜ਼ਾਂ ਆਪਾਂ ਡਿਸਕਸ ਉਹ ਵੀ ਕਰਾਂਗੇ। ਮੇਨ ਪੁਆਇੰਟ ਹੈਗਾ ਜਿਹੜਾ ਡੇ ਕੇਅਰ ਦਾ ਮਾਹੌਲ ਕਿਵੇਂ ਦਾ ਹੁੰਦਾ ਗਾ, ਐਵਰੀਥਿੰਗ ਡਿਸਕਸ ਕਰਾਂਗੇ ਆਪਾਂ ਹਰੇਕ ਪਾਰਟ ਐਜ ਐਨ ਐਜੂਕੇਟਰ ਇਨਕਮਿੰਗ ਵੀਡੀਓਜ਼ ਦੇ ਨਾਲ। ਅਤੇ ਇਹ ਸੀਗੀ ਆਪਣੀ ਛੋਟੀ ਜਿਹੀ ਵੀਡੀਓ, ਜੇ ਤੁਹਾਨੂੰ ਪਸੰਦ ਆਈ ਤਾਂ ਇਹਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ। ਹੁਣ ਮੈਂ ਥੱਕ ਚੁੱਕੀ ਹਾਂ ਬੋਲ ਬੋਲ ਕੇ, ਜੇ ਤੁਹਾਨੂੰ ਕਿਸੇ ਹੋਰ ਹੈਲਪ ਦੀ ਲੋੜ ਹੋਈ ਤਾਂ ਤੁਸੀਂ ਮੈਸੇਜ ਕਰ ਦੇਣਾ, ਕਮੈਂਟ ਦੇ ਵਿੱਚ ਤੁਸੀਂ ਸਵਾਲ ਪੁੱਛ ਸਕਦੇ ਹੋ। 1-2 ਦੇ ਸੱਚ ਸਵਾਲ ਆਏ ਵੀ ਸੀਗੇ, ਪਤਾ ਨਹੀਂ ਉਹ ਕਿੱਥੇ ਕਿਹੜੇ ਕਾਹਦੇ 'ਤੇ ਪਤਾ ਨਹੀਂ ਪੇਜ 'ਤੇ ਆਏ ਸੀ, ਆਈ ਡੋਂਟ ਨੋ ਕਿ ਕਿੱਥੇ ਆਏ ਸੀਗੇ, ਕਿ ਤੁਸੀਂ ਜਿਹੜੀ ਮਤਲਬ ਤੁਸੀਂ ਐਜੂਕੇਟਰ ਦੀ ਜੋਬ ਕਰ ਰਹੇ ਹੋ ਕਿਵੇਂ ਕਰਦੇ ਹੋ, ਕਿ ਕੀ ਪ੍ਰੋਸੈਸ ਹੈਗਾ, ਤਾਂ ਉਹ ਸਾਰੀਆਂ ਚੀਜ਼ਾਂ ਆਪਾਂ ਡਿਸਕਸ ਕਰਾਂਗੇ। ਜੇ ਤੁਹਾਨੂੰ ਕੋਈ ਐਕਸਟਰਾ ਕੁਐਸਚਨ ਹੋਇਆ ਤਾਂ ਤੁਸੀਂ ਪੁੱਛ ਸਕਦੇ ਹੋ, ਜੇ ਤੁਹਾਡਾ ਵੈਸੇ ਤਾਂ ਆਪਾਂ ਸਾਰੀਆਂ ਵੀਡੀਓਜ਼ ਦੇ ਵਿੱਚ ਤੁਹਾਡੇ ਸਾਰੇ ਡਾਊਟ ਆ ਜਿਹੜੇ ਉਹ ਕਲੀਅਰ ਕਰ ਦਾਂਗੇ। ਫਿਰ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ, ਅਤੇ ਉਹਨੇ ਲਈ ਬਾਏ ਬਾਏ।